स्वागत है किसान वीरो तुहाडा सिरक डेयरी फार्मिंग दे विच। किसान वीरो अज जिहड़ी वीडियो बना रहे हैं पिंड सैदोके निहाल सिंह वाला तहसील ते मोगे जिले का पिंड है। बहुत वीडियो दोस्तों इस घर चो बनाईया, पहला व्यापार का बाई का काम है। टॉप दियां एच एफ गावां आउंदियां, जिहड़े वीर पुराने चैनल नाल जुड़े है उन्होंने देखिया होणगियां, बाकी वीडियो चैनल उत्ते अपलोड है। अज की वीडियो च एक तो ताजी सूई गां जिहड़ी तुहानू लास्ट ते दिखावांगे, ते दो गावां दोस्तों सामने खड़ियां वीर कोल, एक इन्हां चो भी ताजी सूई भी ते दूजी गब्बण वच्छी है। हमेशा टॉप दियां गावां एच एफ नसल च इत्थे आउंदियां रहिंदियां। सो अज तुहानूं तीन गावां दी वीडियो दिखाउण लग्गिया, वीडियो नूं एंड तक देखियो। जिहनूं इन्हां चो कोई भी गां चंगी लगेगी आके दोस्तों आपदी तसल्ली दे नाल तुसीं खरीदना, नंबर बाई दा स्क्रीन उत्ते चलूगा। सो आओ वीर नाल गल्लबात करदे हां। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਦੀ ਵੀਰ ਆ? ਖੁਸ਼ਦੀਪ ਸਿੰਘ ਜੀ। ਠੀਕ ਹੈ ਖੁਸ਼ਦੀਪ ਬਾਈ, ਫਿਰ ਹੁਣ ਆਪਾਂ ਇਸੇ ਥਾਂ ਦੇ ਉੱਤੇ ਆਪਦੇ ਘਰ ਦੇ ਵਿੱਚ ਪਸ਼ੂ ਲਿਆਉਣੇ ਸ਼ੁਰੂ ਕਰਤੇ? ਹਾਂਜੀ ਹਾਂਜੀ, ਇੱਥੇ ਘਰੇ ਹੀ ਕਰਿਆ ਜੀ ਹੁਣ ਆਪਣਾ ਕੰਮ। ਠੀਕ ਹੈ, ਤੇ ਐਚ ਐਫ ਹੁਣ ਫਿਰ ਰੂਟੀਨ ਚ ਆਉਣ ਲੱਗ ਪਿਆ? ਹਾਂਜੀ ਹਾਂਜੀ, ਡੇਲੀ ਹੁੰਦੀਆਂ, ਜਾਨੀ ਚਾਰ ਪੰਜ ਗਾਈਆਂ ਤਾਂ ਘਰੇ ਪੱਕੀਆਂ ਜੀ। ਪੱਕੀਆਂ ਹੀ ਹੁੰਦੀਆਂ? ਹਾਂਜੀ। ਠੀਕ ਹੈ ਸਰ, ਜਿਹੜੀ ਇਹ ਪਹਿਲੇ ਨੰਬਰ ਤੇ ਅੱਜ ਵੱਛੀ ਦਿਖਾਉਣੀ ਹੈ ਬਾਈ, ਦੰਦੋ 10 ਦਿਨ ਪਏ ਆ ਜੀ। ਠੀਕ ਹੈ, ਤੇ ਹਜੇ ਦੋਨ ਦਾ ਇੱਕ ਦੰਦ ਚੱਕਿਆ, ਖੀਰੀ ਮੰਨ ਲਓ ਚਾਹੇ ਦੋਂਦੀ ਮੰਨ ਲਓ ਜੀ। ਠੀਕ ਹੈ, ਹਜੇ 10 ਦਿਨ ਰਹਿੰਦੇ ਆ? 10 ਦਿਨ ਇਹਦੇ ਪਏ ਆ ਸੂਨ ਚ ਹੀ ਵਿੱਚ। ਠੀਕ ਹੈ, ਅੱਛਾ ਰੇਟ ਇਹਨਾਂ ਦਾ ਬਾਈ ਫੋਨ ਤੇ ਹੀ ਹੋਊਗਾ? ਰੇਟ ਇਹਨਾਂ ਦਾ ਫੋਨ ਤੇ ਹੀ ਜੀ। ਠੀਕ ਹੈ ਦੋਸਤੋ, 10 ਦਿਨ ਹਜੇ ਲੈਂਦੀ ਆ, ਤੇ ਇੱਕ ਦੰਦ ਚੱਕਿਆ ਮਤਲਬ ਹਜੇ ਇਹਨੂੰ ਤੁਸੀਂ ਦੋਂਦੀ ਮੰਨ ਲਓ ਤੇ ਜਾਂ ਖੀਰੀ ਮੰਨ ਲਓ, ਜਸਟ ਤੁਸੀਂ ਇਹ ਮੰਨੋ ਵੀ ਖੀਰੀ ਤੋਂ ਦੋਂਦੀ ਵਾਲੇ ਪਾਸੇ ਨੂੰ ਜਾ ਰਹੀ ਹੈ। ਚੰਗੀ ਤਿਆਰ ਹੋਈ ਵੀ ਵੱਛੀ ਆ ਦੋਸਤੋ, ਹਜੇ 10 ਦਿਨ ਲੈਂਦੀ ਹੈ। ਹਵਾਨਾ ਅੱਗੇ ਨੂੰ ਵੀ ਬਹੁਤ ਚੰਗਾ, ਦਰਮਿਆਨੇ ਕੱਦ ਕਾਟਦੀ ਹੈ, ਰੰਗ ਰੂਪ ਬਹੁਤ ਸੋਹਣਾ, ਥਣ ਬਹੁਤ ਸੋਹਣਾ ਲੱਗਾ ਬਿੱਥੀਆਂ ਦੇ ਉੱਤੇ ਆ, ਅਤੇ ਭਲੂਣ ਹਵਾਨੇ 'ਤੇ ਤੁਹਾਨੂੰ ਦੱਸਦੀ ਹੋਊਗੀ। ਵਜਨ ਵਾਲੀ ਵੱਛੀ ਹੈ, ਦੁੱਧ ਚੰਗਾ ਪਾਊਗੀ। ਜੇ ਕੋਈ ਵੀਰ ਐਚ ਐਫ ਨਸਲ ਦੀ ਸੋਹਣੀ ਵਹਿੜ ਖਰੀਦਣੀ ਚਾਹੁੰਦਾ, ਥਣਾਂ 'ਚ ਹਜੇ ਕੋਈ ਧਾਰਾਂ ਨਹੀਂ ਪਾਈਆਂ ਨੇ, ਕਿਉਂਕਿ ਜਿਹਦਾ ਟਾਈਮ ਕਾਫੀ ਪਿਆ, ਹਜੇ ਦਿਨ ਕਾਫੀ ਪੈਂਡਿੰਗ ਪਿਆ ਵੱਛੀ ਦੇ ਜੀ। ਠੀਕ ਹੈ, ਹਜੇ 10 ਦਿਨ ਨੂੰ ਪਿਆ। ਹਵਾਨਾ ਦੋਸਤੋ ਅੱਗੋਂ ਧੁੰਨੀ ਕੋਲੋਂ ਹੀ ਸਟਾਰਟਿੰਗ ਹੈ, ਅਤੇ ਹਮੇਸ਼ਾ ਜਦੋਂ ਵੀਡੀਓ ਬਣਾਈ ਦੀ ਹੈ, ਕਿਉਂਕਿ ਖਰੀਦ ਹੁੰਦੀ ਹੈ ਕਿਸੇ ਵੀਰ ਦੀ, ਪਰਖ ਹੁੰਦੀ ਹੈ ਜਾਂ ਖਰੀਦ ਹਮੇਸ਼ਾ ਚੰਗੀ ਰਹੀ ਹੈ ਇੱਥੇ ਐਚ ਐਫ ਗਾਵਾਂ ਦੀ ਖਰੀਦ ਹੁਣ ਤੱਕ ਜਿੰਨੀਆਂ ਗਾਵਾਂ ਦੇਖੀਆਂ। ਖੁਸ਼ਦੀਪ ਜੀ, ਦੋ ਨੰਬਰ ਤੇ ਗਾਂ ਸੂਈ ਵੀ ਹੈ ਬਾਈ? ਇਹ ਜੀ ਪਹਿਲਾ ਸੂਆ ਜੀ। ਠੀਕ ਹੈ, ਚਾਰ ਦੰਦ ਆ ਜੀ। ਚਾਰ ਦੰਦ, ਇਹਨੂੰ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ? ਇਹ ਜੀ 24 ਤਰੀਕ ਨੂੰ ਸ਼ਾਮ ਨੂੰ ਸੂਈ ਆ। 24 ਨੂੰ, ਅੱਜ 28 ਆ, 4 ਦਿਨ ਹੋਏ ਆ ਫਿਰ, ਹੈ ਨਾ? ਹਾਂਜੀ, 3 ਦਿਨ ਹੋ ਗਏ ਜਾਨੀ ਸੂਈ ਹੁੰਦੀ ਨੂੰ ਇਹਦੀ। ਠੀਕ ਹੈ, ਬੋਲਾ ਕਿੰਨਾ ਬੋਲਾ ਹੈਗਾ ਜੀ? ਹੁਣ ਇਹ ਥੱਲੇ 26 ਕਿਲੋ ਜੀ। 26 ਕਿਲੋ, ਕਿੰਨਾ ਕੁ ਦੁੱਧ ਪਾ ਦੂ ਬਾਈ ਸੇਵਾ ਨਾਲ? ਦੁੱਧ ਤਾਂ ਜੀ ਹੁਣ ਤੁਸੀਂ ਦੇਖ ਲਓ, ਜਿਵੇਂ ਇਹਦੇ ਆਰਡਰ ਤੇ ਸਾਰੇ ਬੇਨਸ ਬੂਨਸ ਵਧੀਆ ਆ ਗਈਆਂ ਹੁਣੇ ਜੀ। ਠੀਕ ਹੈ, ਸਾਨੂੰ 35 ਤੋਂ 40 ਕਿਲੋ ਦੇ ਕਰੀਬ, 35+ ਦੀ ਉਮੀਦ ਆ ਜੀ। ਠੀਕ ਹੈ, ਬਾਕੀ ਸੀਮਣ ਆਪੇ ਆਪਾਂ ਨੂੰ ਬਰਾਵੋ ਦੀ ਵਹਿੜ ਦੱਸਿਆ ਜੀ, ਫਾਰਮ ਚੋਂ ਵਹਿੜ ਲਈਏ ਵੀ ਜੀ। ਠੀਕ ਹੈ, ਬੱਚਾ ਕੀ ਇਹਦੇ ਨਾਲ ਬਾਈ? ਬੱਚਾ ਫੀਮੇਲ ਆ ਜੀ, ਵੱਛੀ ਵੱਛੀ ਦਿੱਤੀ ਹੈ, ਬਹੁਤ ਚੰਗੀ ਆ। ਠੀਕ ਹੈ ਦੋਸਤੋ, ਵੱਛੀ ਦੇਖ ਸਕਦੇ ਹੋ, ਨਾੜੂਆ ਨਾਲ ਆ ਵੱਛੀ ਦੇ, ਬਹੁਤ ਸੋਹਣੀ ਵੱਛੀ ਇਸ ਗਾਂ ਨੇ ਦਿੱਤੀ ਹੈ। ਇਹ ਵੱਛੀ ਇਸ ਲਈ ਵੀ ਨਾਲ ਦਿਖਾਈ ਜਾਂਦੀ ਹੈ ਦੋਸਤੋ, ਕਿਉਂਕਿ ਗਾਵਾਂ ਜਿਹੜੀਆਂ ਇਹ ਇਦਾਂ ਦੀ ਚੀਜ਼ ਹੈ, ਐਚ ਐਫ ਦੀ ਜੇ ਆਪਾਂ ਗੱਲ ਕਰੀਏ ਤਾਂ 2 ਸਾਲਾਂ ਵਿੱਚ ਦੀ ਵੱਛੀ ਨੇ ਸੂ ਪੈਣਾ ਹੁੰਦਾ। ਸਾਹਮਣੇ ਇੱਕ ਵੱਛੀ ਪਹਿਲੇ ਨੰਬਰ ਤੇ ਦਿਖਾਈ ਹੈ ਜਿਹੜੀ ਤਿਆਰ ਆ ਦੋਸਤੋ, 2 ਸਾਲ ਦੇ ਆਸ ਪਾਸ ਉਮਰ ਵਾਲੀ ਹੈ। ਇਹ ਦੇਖਦੇ ਹਾਂ ਤੇ ਇਹਦਾ ਵੀ ਕੱਦ ਬਹੁਤ ਹੈ ਤੇ ਹਵਾਨਾ ਬਹੁਤ ਤਕੜਾ। ਸੋ ਇਸ ਟਾਈਮ ਦੁੱਧ 26 ਕਿਲੋ, ਦੋ ਟਾਈਮ ਚੋ ਕੇ ਲੈ ਸਕਦੇ ਹੋ, ਤੇ ਦਿਨ ਹਜੇ ਦੋਸਤੋ ਸਿਰਫ 3 ਕੀ ਹੋਏ ਆ ਸੂਈ ਨੂੰ, ਤੇ ਉਮੀਦ 35 ਕਿਲੋ ਦੇ ਆਸ ਪਾਸ ਦੀ ਹੈਗੀ ਹੈ। ਹਵਾਨਾ ਬਹੁਤ ਤਕੜਾ, ਭਲੂਣ ਹਜੇ ਹਵਾਨੇ ਦੇ ਉੱਤੇ ਥੋੜ੍ਹੀ ਥੋੜ੍ਹੀ ਹੈਗੀ ਹੈ, ਕਿਉਂਕਿ ਅਜੇ ਦਿਨ ਥੋੜੇ ਹੋਏ ਆ। ਇਹਦਾ ਤੁਸੀਂ ਹਵਾਨਾ ਦੇਖ ਸਕਦੇ ਹੋ, ਨਾੜਾਂ ਜਿਹੜੀਆਂ ਹਵਾਨੇ ਤੇ ਆਉਣ ਲੱਗੀਆਂ, ਮੱਛੀ ਦੀ ਆਪਦੀ ਖੁਦ ਦੀ ਲੰਬਾਈ ਤੇ ਉਹਨੂੰ ਹੀ ਸਟ੍ਰੇਟਨੈਸ ਬਹੁਤ ਚੰਗੀ ਹੈ ਜੀ। ਠੀਕ ਹੈ ਦੋਸਤੋ, ਦੇਖ ਸਕਦੇ ਹੋ ਉੱਤੋਂ ਸਟਰਕਚਰ, ਬਾਕੀ ਹਵਾਨਾ ਬਹੁਤ ਤਕੜਾ ਤਿਆਰ ਹੈ। ਲਾਸਟ ਤੇ ਦੋਸਤੋ ਇਹਨਾਂ ਤਿੰਨਾਂ ਦੇ ਵਿੱਚੋਂ, ਹਾਲਾਂਕਿ ਤਿੰਨੇ ਹੀ ਆਪਦੀ ਆਪਦੀ ਥਾਂ ਤੇ ਬਹੁਤ ਸੋਹਣੀਆਂ ਗਾਵਾਂ, ਪਰ ਇੱਕ ਨਗੀਨਾ ਦਿਖਾਉਣੇ ਜਿਹੜਾ ਲਾਸਟ ਦੇ ਉੱਤੇ ਅੰਦਰ ਸੂਈ ਵੀ ਗਾਂ। ਸੋ ਉਹਦੀ ਵੀਡੀਓ ਨੂੰ ਦੇਖਦੇ ਰਹੋ। ਫਸਦੀ ਪੇ ਗਾਂ ਕਿੰਨਵਾਂ ਸੂਆ ਸੂਈ ਬਾਈ? ਇਹ ਜੀ 6 ਦੰਦ ਆ, ਦੂਜੀ ਵਾਰ ਸੂਈ ਹੈ ਜੀ। ਠੀਕ ਹੈ, ਇਹ ਡੈਨਮਾਰਕ ਦੀ ਹੈ, ਵੈਰ 40-127 ਦੀ। ਠੀਕ ਹੈ ਹਾਂਜੀ, ਤੇ ਬੱਚਾ ਕੀ ਦਿੱਤਾ ਇਹਨੇ ਬਾਈ? ਬੱਚਾ ਬੱਚਾ ਦਿੱਤਾ ਜੀ। ਇਹਨੂੰ ਕਿੰਨਾ ਟਾਈਮ ਹੋਇਆ ਸੂਈ ਨੂੰ? 35-40 ਮਿੰਟ ਹੀ ਹੋਇਆ ਹਜੇ ਤਾਂ ਜੇਰ ਪੈਣੀ ਫਿਰ ਬਾਕੀ ਹੈ। ਬੱਚਾ ਵੀ ਦੇਖ ਲਓ, ਲਿਬੜਿਆ ਸਮਾਰ ਕੇ ਚੱਟਿਆ ਨਹੀਂ ਹੈ ਵੈੜ ਨੇ। ਠੀਕ ਹੈ, ਅੱਛਾ ਕਿੰਨਾ ਕੁ ਦੁੱਧ ਉਮੀਦ ਹੈ? ਦੁੱਧ 34-35 ਕਿਲੋ ਪਹਿਲੇ ਸੂਏ ਜੀ, ਵੈੜ ਦਾ ਦਿੱਤਾ ਵਾ, 2 ਦੰਦ ਸੂਈ ਸੀ। 40 ਨੂੰ ਹੱਥ ਮਾਰ ਜਾਣਾ ਚਾਹੀਦਾ ਐਤਕੀ ਬੜੇ ਆਰਾਮ ਨਾਲ, ਤੁਸੀਂ ਦੇਖ ਲਓ ਲੇਵੇ ਦੀ ਚੜਾਈ ਚੁੜਾਈ ਹੁਣ ਵੀਡੀਓ ਚ ਤੋਰ ਦੇ ਵੈੜਾ। ਠੀਕ ਹੈ, ਤੋਰੀ ਬਾਈ ਦੋਸਤੋ, 6 ਦੰਦ ਆ ਤੇ ਸੂਆ ਦੂਜਾ, ਬੱਚਾ ਇਹਨੇ ਵੱਛਾ ਦਿੱਤਾ। ਬੋਡੀ ਵੇਟ ਬਹੁਤ ਆ ਵੈੜ ਦਾ ਜੀ, ਹਾਈਟ ਬਹੁਤ ਆ, ਹਾਈਟ ਤੇ ਚੌੜਾਈ ਜੇ ਦੇਖਦੇ ਆ ਢਾਂਚੇ ਦੀ ਦੋਸਤੋ ਤਾਂ ਬਹੁਤ ਤਕੜੀ।
हवाना वाकई तैयारी दसदी है, चंगा दुध पाऊगी। इथों तुसीं इहदे थान दा साइज देखो दोस्तो, बहुत सोहना थान है ते हवाना भी बहुत चंगा तैयार कीता। बाकी मैं साइड उत्तों होके तुहानू इहदा पेट दिखाउणा दोस्तो, तुसीं नोट करियो उपरों कद फुल थले नू चढ़ाई पेट दी जे देखदे आ। बाकी कोई मोटी नहीं गी इथों, तुहानू शायद पसलियां दिसदियां होण, बाकी जिहड़ा वीर आऊगा उहने देख लैणा कोई मोटापा नहीं एहदे ते। बस ए आ वी इक तां केयर चंगी होई आ, बाकी ब्रीड चंगी आ, चंगा दुध पियाऊगी। पूरां दी बहुत साफ आ, छोटे पैर आ साफ ही। सो दोस्तो थान दा साइज भी बहुत सोहना, उम्मीद आ पसंद करोगे दोस्तो, ए बहुत टॉप दी वैड आ इस टाइम। दूजियां दोने बहुत चंगा, पर जे उहनां नालों देखदे आ तां इह दोस्तो ਉਹਨਾਂ ਨਾਲੋਂ ਦੋਨਾਂ ਨਾਲੋਂ ਟੌਪ ਦੇ ਵਿੱਚ ਹੈ। ਹਾਲਾਂਕਿ ਉਹ ਵੀ ਚਲੋ ਸਾਨੂੰ ਉਮੀਦ ਆ ਵੀ 40 ਪਲੱਸ ਤਾਂ ਬੜੇ ਆਰਾਮ ਨਾਲ ਜਾਣਾ ਚਾਹੀਦਾ ਇਹਨੂੰ ਜੀ, 40 ਪਲੱਸ ਜਾਣਾ ਚਾਹੀਦਾ। ਹਾਂਜੀ ਠੀਕ ਹੈ। ਸੋ ਦੋਸਤੋ ਇਹ 10 ਨਾਗ ਅੱਜ ਵਿਕਰੀ ਵਾਲੇ ਸੀ, ਦੁਬਾਰਾ ਵੀਰ ਨੇ ਇਸੇ ਘਰ ਦੇ ਵਿੱਚ ਆਪਦਾ ਕਾਰੋਬਾਰ ਜਿਹੜਾ ਦੁਬਾਰਾ ਸਟਾਰਟ ਕੀਤਾ। ਪਹਿਲਾਂ ਬਹੁਤ ਵੀਡੀਓ ਬਣਾਈਆਂ ਵਿੱਚੋਂ ਕੁਛ ਟਾਈਮ ਵੀਰ ਨੇ ਬੰਦ ਕਰਤਾ ਸੀ, ਸੋ ਫੇਰ ਇਹ ਚ ਫਾਇਆ ਕਰਨਗਾ। ਤੁਸੀਂ ਖਰੀਦਣੀਆਂ ਹੋਣ ਤਾਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਤੇ ਅੱਜ ਦੀ ਵੀਡੀਓ ਚ ਇਹ 3 ਨਾਗ ਸੀਗੇ ਦੋਸਤੋ। ਸੋ ਧੰਨਵਾਦ ਵੀਡੀਓ ਦੇਖਣ ਵਾਸਤੇ। ਜਿਹੜੇ ਵੀਰ ਨੂੰ ਇਹਨਾਂ ਚੋਂ ਕੋਈ ਵੀ ਗਾਂ ਚੰਗੀ ਲੱਗਦੀ ਹੈ, ਆਪਦੀ ਤਸੱਲੀ ਨਾਲ ਖਰੀਦੋ। ਮਿਹਰਬਾਨੀ।